ਵਾਲੇਕਮ ਜੀ, ਅੱਜ ਤੁਹਾਨੂੰ ਮੇਲਾ ਦਿਖਾ ਰਹੇ ਹਾਂ ਅਸੀਂ ਅਸਲਮਪੁਰਾ, ਯਾਨੀ ਕਿ 533 ਚੱਕ ਦੇ ਵਿੱਚ ਮੇਲਾ ਲੱਗਿਆ ਵਾ। ਅੱਜ ਮਾਸ਼ਾਅੱਲਾ ਦੂਸਰਾ ਬਾਜ਼ਾਰ ਹੈ ਅਤੇ ਬਹੁਤ ਰੌਣਕਾਂ ਲੱਗੀਆਂ ਵਾ ਹਜੇ ਤਾਂ, ਲੇਕਿਨ ਇੰਨਾ ਟਾਈਮ ਨਹੀਂ ਹੋਇਆ, ਬੱਚੇ ਵਗੈਰਾ ਫਿਰ ਰਹੇ ਨੇ ਅਤੇ ਸ਼ਾਮ ਨੂੰ ਸਹੀ ਰੌਣਕਾਂ ਲੱਗਦੀਆਂ ਵਾ। ਅੱਜ ਤੁਹਾਨੂੰ ਅਸੀਂ ਥੋੜ੍ਹਾ ਦਿਖਾਉਂਦੇ ਹਾਂ ਮੇਲੇ ਦੀਆਂ ਰੌਣਕਾਂ। ਬੱਚੇ ਦੇਖੋ ਕਿਵੇਂ ਚਿੱਲ ਮਾਰ ਰਹੇ ਨੇ। ਫੈਸਲਾਬਾਦ ਤੋਂ ਗੁਲਾਮ ਸਾਹਿਬ ਸਪੈਸ਼ਲ ਮੇਲਾ ਦੇਖਣ ਵਾਲੇ ਨਾਲ ਜੀ, ਸੇਠ ਅਬਦੁੱਲਾ ਸਾਹਿਬ ਵੀ ਫੈਸਲਾਬਾਦ ਤੋਂ ਹਾਜ਼ਰ ਹੋਏ ਨੇ ਸਪੈਸ਼ਲ ਇਹ ਮੇਲਾ ਦੇਖਣ ਵਾਸਤੇ। ਮੇਲੇ ਦੀਆਂ ਰੌਣਕਾਂ ਹੀ ਵੱਖਰੀਆਂ ਅਤੇ ਤੁਹਾਨੂੰ ਅਸੀਂ ਦਿਖਾਉਂਦੇ ਹਾਂ ਬਹੁਤ ਆਲਾ। ਝੂਲਿਆਂ ਦਾ ਸਿਸਟਮ ਬੜਾ ਆਲਾ ਵਾ ਅਤੇ ਹਾਈ ਸਾਹਿਬ, ਤੁਸੀਂ ਝੂਲੇ ਲੈਣਾ ਪਸੰਦ ਕਰੋਗੇ? ਅੱਛਾ ਹਾਈ ਸਾਹਿਬ, ਤੁਸੀਂ ਤਾਂ ਪਹਿਲਾਂ ਇੱਥੇ ਰਹਿੰਦੇ ਵੀ ਰਹੇ ਹੋ। ਇਹ ਦਰਬਾਰ ਹੁਣ ਨਵਾਂ ਬਣਿਆ ਜਾਂ ਪੁਰਾਣਾ ਹੀ ਹੈ? ਪੁਰਾਣਾ ਹੀ ਦਰਬਾਰ ਆ ਜੀ, ਬਹੁਤ ਪੁਰਾਣਾ ਦਰਬਾਰ ਆ ਇਹ। ਇੰਡੀਆ ਅਤੇ ਪਾਕਿਸਤਾਨ ਬਣਨ ਤੋਂ ਪਹਿਲਾਂ ਦਾ ਦਰਬਾਰ ਆ ਜੀ ਇਹ। ਇਹ ਕਰੀ ਪੀਰ ਸਰਕਾਰ ਬਾਬਾ ਉੱਥੋਂ ਤੁਹਾਨੂੰ ਨਾ ਪੁੱਛ ਕੇ ਦਾਦਾ ਬਾਬੇ ਦਾ ਨਾਂ ਸਾਰਾ ਸਿੱਖਣਾ ਜਾਣਦਾ ਜੀ ਉਹ ਬੰਦਾ। ਚਲੋ ਆ ਜਾਓ ਥੱਲੋਂ ਦੀ ਤਰ੍ਹਾਂ ਮਾੜਾ ਮਾਹੌਲ ਦਿਖਾ ਦਈਏ। ਮਾਹੌਲ ਆ ਦੁਕਾਨਾਂ 533 ਚੱਕ ਜਿਹੜਾ ਕਿ ਮੁਲਤਾਨ ਰੋਡ 'ਤੇ ਵਾਕਿਆ ਵਾ। ਮੁਲਤਾਨ ਰੋਡ 533 ਚੱਕ ਬਿਲਕੁਲ ਔਨ ਰੋਡ ਹੀ ਆ, ਥੋੜ੍ਹਾ ਜਿਹਾ ਅੱਗੇ ਹੀ ਆਉਣਾ ਪੈਣਾ ਤੁਹਾਨੂੰ। ਬਹੁਤ ਆਲਾ ਜ਼ਬਰਦਸਤ ਆ ਬੱਚਿਆਂ ਵਾਸਤੇ ਝੂਲਿਆਂ ਦਾ ਵਾਹਵਾ ਇੰਤਜ਼ਾਮ ਕੀਤਾ ਅਤੇ ਇਹ ਬੱਚਿਆਂ ਦੇ ਚੜ੍ਹਨ ਵਾਸਤੇ ਝੂਲੇ ਵਗੈਰਾ ਲੱਗੇ ਹੋਏ ਨੇ। ਖਾਣ ਪੀਣ ਦਾ ਸਿਸਟਮ ਵੀ ਬੜਾ ਆਲਾ ਬਣਾਇਆ ਹੋਇਆ ਇੱਥੇ। ਇਹ ਅਗਰ ਜੂਸ ਵਗੈਰਾ ਤੁਸੀਂ ਪੀਣਾ ਹੋਵੇ ਉਹ ਵੀ ਪੀ ਸਕਦੇ ਹੋ। ਇੱਧਰ ਬਰਗਰ ਪੀਜ਼ਾ ਵਗੈਰਾ। ਮੇਲਾ ਜਿਹੜਾ ਹੁੰਦਾ ਹੀ ਬੱਚਿਆਂ ਦਾ ਵਾ, ਝੂਲਿਆਂ ਦਾ ਬੜਾ ਆਲਾ ਇੰਤਜ਼ਾਮ ਕੀਤਾ ਹੋਇਆ ਵਾ। ਦੇਖੋ ਜਿੱਧਰ ਤੁਸੀਂ ਵੇਖੋਗੇ, ਸੱਜੇ ਵੇਖੋਗੇ, ਖੱਬੇ ਵੇਖੋਗੇ, ਝੂਲੇ ਹੀ ਝੂਲੇ ਨਜ਼ਰ ਆਉਣਗੇ ਤੁਸੀਂ। ਝੂਲੇ ਹੀ ਹਰ ਪਾਸੇ ਝੂਲੇ। ਕਦੀ ਆਹ ਕੀ ਹੁੰਦਾ ਅਬਦੁੱਲਾ, ਆਹ ਕੀ ਹੁੰਦਾ ਵਾ? ਹੈਂ? ਅੱਛਾ ਅੱਛਾ, ਇੱਥੇ ਜੀ ਸਿਸਟਮ ਆ, ਤਸਵੀਰਾਂ ਖਿਚਾਉਣ ਵਾਲਾ ਸਿਸਟਮ ਵੀ ਹੈਗਾ ਜੀ। ਆਓ ਜੀ ਤੁਹਾਨੂੰ ਅੱਗੇ ਅੱਗੇ ਦਿਖਾਉਂਦੇ ਹਾਂ। ਜਲੇਬੀਆਂ ਜਲੂਬੀਆਂ ਦਾ ਇੰਤਜ਼ਾਮ ਵੀ ਹੈਗਾ। ਖਾਣ ਪੀਣ ਦਾ ਬਹੁਤ ਇੰਤਜ਼ਾਮ ਆ। ਜਿੱਧਰ ਵੇਖੋਗੇ ਜੂਸ ਚੱਲ ਰਹੇ ਆ, ਬਰਗਰ ਚੱਲ ਰਹੇ ਆ, ਗੋਲ ਗੱਪੇ ਵੀ ਹੈਗੇ ਜੀ ਬੱਚਿਆਂ ਵਾਸਤੇ। ਆ ਦੇਖੋ ਰੌਣਕਾਂ ਲੱਗੀਆਂ। ਇੱਧਰ ਦੇਖੋ ਜੀ ਇਹ ਬੱਚਿਆਂ ਵਾਸਤੇ ਮਾਸ਼ਾਅੱਲਾ ਬੜਾ ਨਿਜ਼ਾਮ ਇਹਨਾਂ ਨੇ ਕੀਤਾ ਹੋਇਆ। 533 ਦੇ ਵਿੱਚ ਮੇਲਾ ਲੱਗਿਆ ਜੀ। ਮੇਲਾ ਹੁੰਦਾ ਹੀ ਹਾਈ ਸਾਹਿਬ, ਜਿਹੜਾ ਮੇਲਾ ਹਮੇਸ਼ਾ ਹੁੰਦਾ ਹੀ ਬੱਚਿਆਂ ਦਾ ਵਾ। ਦੇਖੋ ਰੌਣਕਾਂ ਬੱਚਿਆਂ ਦੀਆਂ, ਸਾਰਾ ਸਮਾਨ ਬੱਚਿਆਂ ਦਾ ਹੀ। ਇਹ ਬੀਬੀਆਂ ਵਾਸਤੇ ਚੂੜੀਆਂ ਦੇਖੋ, ਉਹ ਬੱਚਿਆਂ ਵਾਸਤੇ ਖਿਡੌਣੇ। ਵੰਗਾ ਚੜਾ ਲੋ ਕੁੜੀਓ, ਬਾਬੇ ਦੇ ਦਰਬਾਰ ਦੀਆਂ ਵੰਗਾ ਚੜਾ ਲੋ ਕੁੜੀਓ, ਬਾਬੇ ਦੇ ਦਰਬਾਰ ਦੀਆਂ
ਬੰਗਾ ਚੜਾ ਲੋ ਕੁੜੀਓ ਬਾਬੇ ਦੇ ਦਰਬਾਰ ਦੀਆਂ। ਅੱਛਾ ਅੱਗੇ ਤੁਹਾਨੂੰ ਹੁਣ ਆਪਾਂ ਇਹ ਤਾਂ ਦਿਖਾਤੀ ਰੌਣਕਾਂ ਜਿਹੜੀਆਂ ਲੱਗੀਆਂ, ਹੁਣ ਤੁਹਾਨੂੰ ਦਰਬਾਰ ਦਾ ਵੀ ਜ਼ਰਾ ਵਿਜ਼ਿਟ ਕਰਾਉਂਦੇ ਹਾਂ ਕਿ ਉਹ ਬੰਦਾ ਤੁਸੀਂ ਹਾਈ ਸ਼ਾਪ ਕਹਿ ਰਹੇ ਸੀ, ਇੱਕ ਬੰਦਾ ਹੈਗਾ ਉਹ ਸਾਰਾ ਨਾ ਦਰਬਾਰ ਦੇ ਮਤਲਬ ਬਹੁਤ ਅੱਛੇ ਤਰੀਕੇ ਨਾਲ ਜਾਣਦਾ ਵਾ, ਉਹ ਤੁਸੀਂ ਮਾੜਾ ਸਾਨੂੰ ਮਿਲਾਉਣਾ ਤਾਂ ਕਿ ਆਪਾਂ ਦੋਸਤਾਂ ਨੂੰ ਸਾਰਿਆਂ ਨੂੰ ਦੱਸੀਏ ਕਿ ਦਰਬਾਰ ਦੀ ਹਿਸਟਰੀ ਕੀ ਆ। ਦੇਖੋ ਰੌਣਕਾਂ ਲੱਗੀਆਂ ਵਾ, ਢੋਲ ਵੱਜ ਰਹੇ ਨੇ, ਇਹ ਦਰਬਾਰ ਮਾਸ਼ਾਅੱਲਾ ਤੁਹਾਨੂੰ ਸਾਹਮਣੇ ਨਜ਼ਰ ਆ ਗਿਆ। 533 ਚੱਕ ਹੈਗਾ ਇਹ, ਬਿਲਕੁਲ ਜਿਹੜਾ ਵਾ ਮੁਲਤਾਨ ਰੋਡ ਦੇ ਉੱਪਰ ਪੂਰੇ ਵਾਲਾ ਅਤੇ ਵਿਹਾੜੀ ਦੇ ਦਰਮਿਆਨ 'ਚ, ਪੂਰੇ ਵਿਹਾੜੀ ਦੇ ਦਰਮਿਆਨ ਦੇ ਵਿੱਚ 533 ਚੱਕ ਔਨ ਰੋਡ ਮੇਲਾ ਲੱਗਾ ਹੋਇਆ, ਸੈਂਤੀ ਫਾਟਕ ਦੇ ਬਿਲਕੁਲ ਨਾਲ।
ਸੱਯਦ ਜਮਨ ਸ਼ਾਹ ਸਾਹਿਬ ਦਾ ਇਹ ਮੇਲਾ ਲੱਗਾ ਹੁਣ ਇਸ ਟਾਈਮ। ਬਹੁਤ ਵਾਧਾ ਮੇਲੇ ਦੀ ਐਡਮਿਨਿਸਟ੍ਰੇਸ਼ਨ ਤਕਰੀਬਨ ਇੱਥੇ ਬੈਠੀ ਹੈ। ਪਹਿਲੇ ਜਿਹੜੇ ਭਾਈ ਤੁਹਾਨੂੰ ਥੋੜ੍ਹਾ ਇੰਟਰੋ ਦੇ ਰਹੇ ਸੀ ਉਹ ਦਰਬਾਰ 'ਤੇ ਹੁੰਦੇ ਨੇ, ਜਿਹੜੇ ਆਪਾਂ ਨੂੰ ਬਾਬਾ ਜੀ ਦੇ ਮੁਤਲਕ ਦੱਸ ਰਹੇ ਸੀ ਕਿ ਕਿਹੜੇ ਬਾਬਾ ਜੀ ਦਾ ਮੇਲਾ ਲੱਗਾ ਹੋਇਆ। ਤੁਹਾਨੂੰ ਮੈਂ ਉਹਨਾਂ ਦੀ ਫੋਟੋ ਵੀ ਦਿਖਾਈ ਬਾਬਾ ਜੀ ਦੀ, ਅਤੇ ਦੇਖੋ ਮਾਸ਼ਾਅੱਲਾ ਅੱਜ ਦੂਸਰਾ ਬਾਜ਼ਾਰ ਹੈ, ਅੱਜ ਦੂਸਰਾ ਬਾਜ਼ਾਰ ਹੈ, ਕੱਲ੍ਹ ਨੂੰ ਆਖਰੀ ਅੱਜ ਦੂਸਰਾ ਬਾਜ਼ਾਰ ਕਹਿ ਰਹੇ ਦੂਸਰਾ ਅੱਜ ਚਿਰਾਗ ਚਿਰਾਗ ਯਾਨੀ ਕਿ ਪਹਿਲਾ ਬਾਜ਼ਾਰ ਲੱਗਾ ਹੋਇਆ। ਅਤੇ ਮਾਸ਼ਾਅੱਲਾ ਤੁਸੀਂ ਦੇਖ ਸਕਦੇ ਹੋ ਬਾਬਾ ਜਮਨ ਸ਼ਾਹ ਸਾਹਿਬ ਦਾ ਇਹ ਮੇਲਾ ਲੱਗਾ ਹੋਇਆ। ਅਤੇ ਜਿਵੇਂ ਟਾਈਮ ਹੋਈ ਆ ਰਿਹਾ, ਪਬਲਿਕ ਆਈ ਜਾ ਰਹੀ ਆ, ਰੌਣਕਾਂ ਤੁਹਾਨੂੰ ਦਿਖਾਈ ਜਾ ਰਹੇ, ਬੱਚਿਆਂ ਵਾਸਤੇ ਮਾਸ਼ਾਅੱਲਾ ਬਹੁਤ ਸਿਸਟਮ ਬਣਾਇਆ ਗਿਆ, ਲੰਗਰ ਦਾ ਵੀ ਵਸੀ ਇੰਤਜ਼ਾਮ ਕੀਤਾ ਗਿਆ, ਮੈਨੇਜ ਜਿਹੜੀ ਹੈਗੀ ਮੈਨੇਜਮੈਂਟ ਇਹਨਾਂ ਦੀ ਕਾਫੀ ਲੰਗਰ ਦਾ ਵਸੀ ਇੰਤਜ਼ਾਮ ਕਰਕੇ ਬੈਠੇ ਨੇ। ਅਤੇ ਮਾਸ਼ਾਅੱਲਾ ਤੁਹਾਨੂੰ ਵੀ ਅਸੀਂ ਇਨਵਾਈਟ ਕਰਦੇ ਹਾਂ ਕਿ ਆਓ ਅਤੇ ਆ ਕੇ ਜ਼ਰਾ ਰੌਣਕਾਂ ਦੇਖੋ ਮੇਲੇ ਦੀਆਂ। ਮਾਸ਼ਾਅੱਲਾ ਕਾਫੀ ਪੁਰਾਣੀ ਔਰ ਬਹੁਤ ਸੇ ਲੋਕ ਮੰਨਤਾ ਮੁਰਾਦਾ ਇੱਥੇ ਮੰਨਦੇ ਨੇ, ਔਰ ਅਲੀ ਅਸਗਰ ਸਾਹਿਬ ਇਹਨਾਂ ਨੇ ਇਹਨਾਂ ਦੀ ਦਰਗਾਹ ਨੂੰ ਕਾਫੀ ਡਿਊਟੀ ਦਿੱਤੀ ਹੈ, ਔਰ ਉਸ ਤੋਂ
ਜਿਹੜਾ ਪ੍ਰੋਪਰ ਇੱਥੇ ਜਿਹੜਾ ਵਾ ਮੇਲਾ ਵਗੈਰਾ ਲੱਗਣਾ ਸ਼ੁਰੂ ਹੋ ਗਿਆ, ਉਹਨਾਂ ਦੀ ਕਾਫੀ ਆਮਦਨ ਰੱਖਣੀ ਸ਼ੁਰੂ ਹੋ ਗਈ ਮਾਸ਼ਾਅੱਲਾ। ਅਤੇ ਗੱਦੀ ਨਸ਼ੀਨ ਸਾਹਮਣੇ ਬਾਬਾ ਜੀ ਬੈਠੇ ਨੇ, ਉਹ ਵੀ ਉਹਨਾਂ ਦੀ ਮੰਨਤਾਂ ਮੁਰਾਦਾਂ ਵਾਲੇ ਲੋਕ ਨਜ਼ਰਾਨਾ ਪੇਸ਼ ਕਰ ਰਹੇ ਨੇ ਖੁਦ। ਪੰਜ ਸੌ ਤੇਤੀ ਫਾਟਕ ਦੇ ਨਾਲ ਹੀ ਬਿਲਕੁਲ ਮੇਲਾ ਲੱਗਿਆ ਹੋਇਆ, ਤੁਸੀਂ ਵੀ ਆ ਸਕਦੇ ਹੋ। ਕਬੱਡੀ ਦਾ ਵੀ ਸੀਨ ਹੋਣਾ ਵਾ ਸ਼ਾਮ ਨੂੰ, ਅਤੇ ਕਬੱਡੀ ਵਾਸਤੇ ਲੋਕ ਸਾਰੇ ਮਾਸ਼ਾਅੱਲਾ ਇਕੱਠੇ ਹੋ ਗਏ ਨੇ, ਬਲਕਿ ਹੋ ਹੀ ਆ ਰਹੇ ਨੇ। ਔਰ ਸਾਹਮਣੇ ਕਬੱਡੀ ਲੱਗੇਗੀ, ਤੁਸੀਂ ਆ ਸਕਦੇ ਹੋ। ਟਾਈਮ ਇਹ ਹੈ ਚਾਹ ਪੀ ਰਿਹਾ ਵਾ ਘਰ ਆਪਣੇ, ਅਤੇ ਆਪੂ ਦੀ ਤਾਂ ਤਾਂ ਕਾਲ ਆਈ ਸੀ। ਆਪਕੇ ਗਾਓਂ ਕੇ ਨਜ਼ਦੀਕ, ਆਪਕੇ ਘਰੋਂ ਕੇ ਨਜ਼ਦੀਕ, ਆਪਕੇ ਸ਼ਹਿਰ ਮੇ ਪਹਿਲੀ ਮਰਤਬਾ, ਸਾਹਮਣੇ ਦੇਖੋ, ਸਾਹਮਣੇ ਦੇਖੋ, ਸਾਹਮਣੇ ਸਾਹਮਣੇ ਦੇਖੋ ਭਾਈ, ਯੇ ਜਿਤਨੇ ਵੀ ਬਾਹਰ ਫੋਟੋ ਹੈ, ਨਮੂਨੇ ਹੈ, ਤਸਵੀਰੇ ਹੈ, ਛੋਟੇ ਬੱਚਿਆਂ ਤੇ ਤੀਰ ਬਨੇ, ਵੱਡੇ ਜਵਾਨਾਂ ਤੇ ਪੰਜਾਬ ਬਨੇ, ਤੇ ਕਮਾਲਾਂ ਤੇ ਤੀਰ ਬਨੇ, ਬਾਹਰ ਫੋਟੋ ਹੈ, ਨਮੂਨੇ ਹੈ, ਤਸਵੀਰੇ ਹੈ, ਅੰਦਰ ਸਭ ਖੇਲ ਸਭ ਕਮਾਲ ਜ਼ਿੰਦਾ ਦਿਖਲਾਏ ਜਾ ਰਹੇ ਹੈ। ਬਹੁਤ ਅੱਛੇ ਖੇਲ ਹੈ ਭਾਈ, ਮਜ਼ਾ ਆਤਾ ਹੈ ਇਸ ਖੇਲ ਕੋ ਦੇਖ ਕਰ। ਯੇ ਸਾਂਪੋ ਕੀ ਰਾਨੀ ਵੀ ਦੇਖੋ, ਯੇ ਸਾਹਮਣੇ ਫੋਟੋ ਦੇਖੋ, ਯੇ ਸਾਹਮਣੇ ਫੋਟੋ ਦੇਖੋ, ਯੇ ਹੈ ਵੋ ਸਾਂਪੋ ਕੀ ਰਾਨੀ, ਇਸ ਕਾ ਦਰ ਸਾਂਪ ਕਾ ਹੈ, ਸ਼ਕਲ ਇਨਸਾਨ ਕੀ ਹੈ, ਦਰ ਸਾਂਪ ਕਾ ਹੈ, ਸ਼ਕਲ ਲੜਕੀ ਕੀ ਹੈ, ਇਨਸਾਨੋ ਕੀ ਤਰ੍ਹਾਂ ਬੋਲਤੀ ਹੈ, ਇਨਸਾਨੋ ਕੀ ਤਰ੍ਹਾਂ ਬਾਤੇਂ ਕਰਤੀ ਹੈ, ਆਪਣਾ